ਸ਼੍ਰੀਕਾਲ ਦੋਸਤੋ, ਅਸੀਂ ਅੱਜ ਆਏ ਹੋਏ ਹਾਂ ਜਲੰਧਰ ਸ਼ਹਿਰ ਅਤੇ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਜਲੰਧਰ ਸ਼ਹਿਰ ਦੀ ਕਿਸ ਜਗ੍ਹਾ ਤੋਂ ਤੁਸੀਂ ਕਿਹੜੀ ਚੀਜ਼ ਲੈ ਸਕਦੇ ਹਾਂ ਅਤੇ ਇਹ ਇਨਫੋਰਮੇਸ਼ਨ ਅੱਜ ਤੁਹਾਡੇ ਨਾਲ ਅਸੀਂ ਸਾਰੀ ਸਾਂਝੀ ਕਰਾਂਗੇ ਅਤੇ ਇਹ ਸਾਰੀ ਵੀਡੀਓ ਤੁਸੀਂ ਦੇਖਣ ਤੋਂ ਬਾਅਦ ਜੇ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਇਨਫੋਰਮੇਸ਼ਨ ਤੁਹਾਡੇ ਲਾਈਕ ਹੋਵੇ, ਤੁਹਾਨੂੰ ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰ। ਤੁਸੀਂ ਘੁੰਮ ਰਹੇ ਹਾਂ ਜਲੰਧਰ ਸ਼ਹਿਰ ਇਸ ਵੇਲੇ, ਜਿੱਥੇ ਦੀ ਇੱਕ ਜਾਣਕਾਰੀ ਤੁਹਾਨੂੰ ਹੋਰ ਦਿੱਤੀ ਜਾਊਗੀ। ਬਹੁਤ ਹੀ ਸਸਤੀ, ਹਰੇਕ ਮੈਡੀਕਲ ਸਟੋਰ ਨਾਲੋਂ ਸਸਤੀ ਦਵਾਈ ਜਿਹੜੀ ਇੱਥੇ ਦਿਲਗੁਸ਼ਾ ਮਾਰਕੀਟ ਜਲੰਧਰ ਦੇ ਵਿੱਚੋਂ ਤੁਸੀਂ ਹੋਲਸੇਲ ਪ੍ਰਾਈਸ 'ਤੇ ਲੈ ਸਕਦੇ ਹੋ। ਜਿਹੜੀ ਕਿ ਇੱਕ ਮਾਰਕੀਟ ਇਸੇ ਤਰ੍ਹਾਂ ਦੀ ਹੁਸ਼ਿਆਰਪੁਰ ਵੀ ਹੈਗੀ ਆ ਅਤੇ ਦੂਜੀ ਮਾਰਕੀਟ ਇਹ ਜਲੰਧਰ, ਜਿੱਥੋਂ ਕੋਈ ਵੀ ਦਵਾਈ ਤੁਸੀਂ ਬਹੁਤ ਹੀ ਸਸਤੇ ਮੁੱਲ ਦੇ ਉੱਤੇ ਲੈ ਸਕਦੇ ਹਾਂ। ਇਹ ਗਲੀ ਦੇ ਵਿੱਚ ਜਿਹੜੇ ਜਿੰਨੇ ਵੀ ਮੈਡੀਕਲ ਸਟੋਰ ਆ ਸਾਰੇ ਹੋਲਸੇਲ ਮੈਡੀਕਲ ਸਟੋਰ ਆ। ਕੋਈ ਵੀ ਦਵਾਈ ਤੁਸੀਂ ਇਹ ਦਿਲਗੁਸ਼ਾ ਮਾਰਕੀਟ ਦੇ ਵਿੱਚੋਂ ਹੋਲਸੇਲ ਪ੍ਰਾਈਸ ਦੇ ਵਿੱਚ ਲੈ ਸਕਦੇ। ਜਿਹੜੀ ਬਾਹਰੋਂ 100 ਰੁਪਏ ਦਾ ਪੱਤਾ, ਇੱਥੋਂ ਤੁਹਾਨੂੰ 40-50 ਰੁਪਏ ਦਾ ਪੱਤਾ ਮਿਲੇਗਾ। ਜਦੋਂ ਵੀ ਤੁਸੀਂ ਇੱਥੇ ਆਓਗੇ ਹਮੇਸ਼ਾ ਇੱਥੇ ਇਸੇ ਤਰ੍ਹਾਂ ਰਸ਼ ਪਿਆ ਰਹਿੰਦਾ, ਕਿਉਂਕਿ ਦਵਾਈਆਂ ਬਹੁਤ ਸਸਤੀਆਂ ਆ ਅਤੇ ਲੋਕ ਵੀ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਮਾਰਕੀਟ ਦੇ ਵਿੱਚੋਂ ਆਪਣੇ ਪੈਸੇ ਬਚਾ ਸਕਦੇ ਦਵਾਈਆਂ ਲੈ ਕੇ, ਸਸਤੀਆਂ ਦਵਾਈਆਂ ਲੈ ਕੇ। ਹਰ ਕੋਈ ਮੈਡੀਕਲ ਸਟੋਰ 'ਤੇ ਤੁਹਾਨੂੰ ਇੱਥੇ ਬਿਲਕੁਲ ਹੀ ਹੋਲਸੇਲ ਪ੍ਰਾਈਸ ਦੇ ਉੱਤੇ ਦਵਾਈ ਮਿਲਦੀ ਹੈ। ਪਹਿਲਾਂ ਤੁਸੀਂ ਦੇਖੀ ਦਿਲਗੁਸ਼ਾ ਮਾਰਕੀਟ, ਜਿੱਥੇ ਕਿ ਬਹੁਤ ਹੀ ਸਸਤੀਆਂ ਦਵਾਈਆਂ ਮਿਲਦੀਆਂ, ਅਤੇ ਹੁਣ ਇਹ ਜੋਤੀ ਚੌਂਕ ਜਿਹੜਾ ਉਸਦੇ ਬਿਲਕੁਲ PNB ਚੌਂਕ ਤੋਂ ਜੋਤੀ ਚੌਂਕ ਨੂੰ ਲੈਫਟ ਲੈ ਕੇ ਬਿਲਕੁਲ ਨਜ਼ਦੀਕ ਆ, ਅਤੇ ਦੇਸ਼ੋ ਵਿਦੇਸ਼ੋਂ ਵੀ ਲੋਕ ਆ ਕੇ ਇੱਥੋਂ ਘਰੇਲੂ ਫਰੋਖਤ ਦਾ ਸਮਾਨ ਜਿਵੇਂ ਕਿ ਕੱਪੜੇ ਵਗੈਰਾ, ਘਰ ਦਾ ਜੋ ਵੀ ਸਮਾਨ ਆ, ਇਹ ਜੋਤੀ ਚੌਂਕ ਦੇ ਵਿੱਚੋਂ ਖਰੀਦਦੇ ਆ। ਇਸ ਤੋਂ ਅੱਗੇ ਅਸੀਂ ਤੁਹਾਨੂੰ ਦਿਖਾਵਾਂਗੇ ਫੁੱਟਬਾਲ ਚੌਂਕ, ਕੀ ਤੁਸੀਂ ਉੱਥੋਂ ਘੁੰਮ ਸਕਦੇ, ਕੀ ਖਰੀਦ ਸਕਦੇ ਫੁੱਟਬਾਲ ਚੌਂਕ। ਸਾਡੇ ਪਰਮਾਰ ਹੋਣੀ ਜੋ ਕਿ ਪਿੱਛੇ ਦਿਲਗੁਸ਼ਾ ਮਾਰਕੀਟ ਤੋਂ ਵੀ ਸ਼ੋਪਿੰਗ ਕਰਕੇ ਆਏ ਦਵਾਈਆਂ ਦੀ, ਪਰਮਾਰ ਸਾਹਿਬ ਕਿੰਨਾ ਕੁ ਸਸਤੀ ਦਾ ਸਮਾਨ ਆ? ਤਕਰੀਬਨ 30% ਲੈਸ ਮਿਲ ਜਾਂਦਾ 100 ਦੇ ਵਿੱਚੋਂ। 30% ਜਿਹੜੀ ਚੀਜ਼ ਤੁਹਾਨੂੰ 300 ਦੀ ਮਿਲਦੀ ਆ, ਉੱਥੋਂ 220 ਰੁਪਏ ਦੀ ਇੱਦਾਂ ਮਿਲ ਜਾਂਦੀ ਆ। ਸਿਰਫ ਦਵਾਈਆਂ ਨਹੀਂ ਤਾਂ ਹੋਰ ਵੀ ਘਰ ਦਾ ਜੋ ਵੀ ਸਮਾਨ ਆਪਾਂ ਲੈ ਸਕਦੇ ਹਾਂ, ਹੋਰ ਵੀ ਸਾਰਾ ਸਮਾਨ ਇੱਥੋਂ ਮਿਲ ਜਾਂਦਾ ਤਕਰੀਬਨ। ਜਾਂ ਕਿਸੇ ਨੇ ਕੁੱਤੇ ਰੱਖੇ ਵਾ, ਕੁੱਤਿਆਂ ਦਾ ਸਮਾਨ, ਉਹਨਾਂ ਦਾ ਮਤਲਬ ਸਸਤਾ ਸਮਾਨ ਮਿਲ ਜਾਂਦਾ। ਲਾਈਵ ਰਿਵਿਊ ਤੁਸੀਂ ਸੁਣ ਰਹੇ ਹਾਂ ਪਰਮਾਰ ਸਾਹਿਬ ਤੋਂ, ਬਲਜੀਤ ਸਿੰਘ ਪਰਮਾਰ ਤੋਂ, ਕਿ ਦਿਲਗੁਸ਼ਾ ਮਾਰਕੀਟ ਕਿੰਨੀ ਸਸਤੀ ਆ। ਇਸ ਤੋਂ ਅੱਗੇ ਅਸੀਂ ਤੁਹਾਨੂੰ ਦਿਖਾਵਾਂਗੇ ਫੁੱਟਬਾਲ ਚੌਂਕ, ਜੇ ਉਸਦੇ ਸਾਡੇ ਰਾਸਤੇ ਦੇ ਵਿੱਚ ਕੋਈ ਹੋਰ ਚੌਂਕ, ਕੋਈ ਇੱਦਾਂ ਦੀ ਇਨਫੋਰਮੇਸ਼ਨ ਆਈ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਔਨ ਦਾ ਵੇ ਟੂ ਫੁੱਟਬਾਲ ਚੌਂਕ ਅਸੀਂ ਤੁਹਾਨੂੰ ਦਿਖਾਵਾਂਗੇ ਗੁਰੂ ਨਾਨਕ ਮਿਸ਼ਨ ਚੌਂਕ। ਇਹ ਹੈ ਗੁਰੂ ਨਾਨਕ ਮਿਸ਼ਨ ਚੌਂਕ, ਜਿੱਥੇ ਕਿ ਬਹੁਤ ਹੀ ਫੇਮਸ ਹੋਸਪਿਟਲ ਗੁਰੂ ਨਾਨਕ ਮਿਸ਼ਨ ਹੋਸਪਿਟਲ ਆ ਇਹ, ਜਿੱਥੇ ਬਹੁਤ ਹੀ ਘੱਟ ਰੇਟ ਦੇ ਉੱਤੇ ਮਰੀਜ਼ਾਂ ਦੇ ਇਲਾਜ ਕੀਤੇ ਜਾਂਦੇ ਆ। ਸਾਰੀਆਂ ਫੈਸਿਲਿਟੀਜ਼ ਇੱਥੇ ਅਵੇਲੇਬਲ ਆ, ਜੋ ਵੀ ਮਸ਼ੀਨਾਂ ਆ, ਸਕੈਨਿੰਗ ਮਸ਼ੀਨਾਂ, ਸਾਰਾ ਕੁਛ ਇੱਥੇ, ਸਾਰੀਆਂ ਮਸ਼ੀਨਾਂ ਇੱਥੇ ਅਵੇਲੇਬਲ ਆ। ਇਹ ਆ ਗੁਰੂ ਨਾਨਕ ਮਿਸ਼ਨ ਚੌਂਕ। ਕੋਵਿਡ-19 ਦੇ ਦੌਰ ਤੋਂ ਪਹਿਲਾਂ ਜੋ VFS ਗਲੋਬਲ ਦਾ ਆਫਿਸ ਸੀਗਾ, ਉਹ ਇੱਥੇ ਅਮਨ ਪਲਾਜ਼ਾ ਇਸ ਜਗ੍ਹਾ 'ਤੇ ਸੀਗਾ, ਅਤੇ ਜਦੋਂ ਵੀ ਹੁਣ ਇੰਸਟਰਕਸ਼ਨ ਦੇ ਮੁਤਾਬਿਕ VFS ਗਲੋਬਲ ਖੁੱਲੂਗਾ, ਜਿਹੜੀਆਂ ਤੁਸੀਂ ਬਾਹਰ ਜਾਣ ਦੀਆਂ ਐਪਲੀਕੇਸ਼ਨਸ ਆ ਉਹ ਇੱਥੇ ਸਬਮਿਟ ਕਰ ਸਕਦੇ ਆ। ਹੁਣ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਹੁਣ ਫਾਈਨਲ ਐਪਲੀਕੇਸ਼ਨ ਸਬਮਿਟ ਕਰਨ ਦੇ ਲਈ ਦਿੱਲੀ ਜਾਣਾ ਪੈਂਦਾ, ਅਤੇ ਜਦੋਂ ਵੀ VFS ਇੱਥੇ ਜਲੰਧਰ ਖੁੱਲ੍ਹ ਜਾਏਗਾ ਅਮਨ ਪਲਾਜ਼ਾ ਨਕੋਦਰ ਚੌਂਕ, ਤੁਸੀਂ ਆਪਣੀਆਂ ਐਪਲੀਕੇਸ਼ਨਸ ਇੱਥੇ ਸਬਮਿਟ ਕਰ ਸਕਦੇ ਹੋ। ਅਤੇ ਪਾਸਪੋਰਟ
ਆਫਿਸ ਨੰਬਰ 2 ਵੀ ਇਸ ਅਮਨ ਪਲਾਜ਼ੇ ਦੇ ਵਿੱਚ ਹੀ ਅਵੇਲੇਬਲ ਆ। ਫੁੱਟਬਾਲ ਚੌਕ ਇੱਥੇ ਦੀ ਖਾਸੀਅਤ ਇਹ ਹੈ ਕਿ ਕੋਈ ਵੀ ਸਪੋਰਟਸ ਦਾ ਸਮਾਨ, ਜਿਮਨਾਸਟਿਕ ਦਾ ਸਮਾਨ ਤੁਸੀਂ ਇੱਥੋਂ ਹੋਲਸੇਲ 'ਚ ਪਰਚੇਜ਼ ਕਰ ਸਕਦੇ ਹਾਂ, ਕਿਉਂਕਿ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਜੋ ਦੁਕਾਨਾਂ ਆ ਇੱਥੇ ਸਿਰਫ ਹੋਲਸੇਲ ਦੇ ਸਮਾਨ ਦੀਆਂ ਅਤੇ ਜਿਹੜਾ ਸਪੋਰਟਸ ਦਾ ਸਮਾਨ ਆ ਉਸ ਸਮਾਨ ਨੂੰ ਇੱਥੇ ਵੇਚਿਆ ਜਾਂਦਾ। ਅਸੀਂ ਵੀ ਇੱਥੇ ਆਏ ਸੀ ਇੱਕ ਖਾਸ ਮਕਸਦ ਲਈ, ਮੈਂ ਰਿੰਕੂ ਭਾਅ ਜੀ ਜਿਹੜੇ ਕਿ ਪ੍ਰੀਆ ਸਟੂਡੀਓ ਦੇ ਓਨਰ ਆ ਅਤੇ ਬਲਜੀਤ ਸਿੰਘ ਪਰਮਾਰ, ਅਸੀਂ ਆਏ ਸੀ ਆਪਣੇ ਪਿੰਡ ਦੇ ਵਿੱਚ ਮਸ਼ੀਨਾਂ ਲਗਾਉਣੀਆਂ ਆ ਬੱਚਿਆਂ ਦੇ ਲਈ ਅਤੇ ਐਕਸਰਸਾਈਜ਼ ਦੇ ਲਈ, ਉਹਨਾਂ ਦਾ ਪਤਾ ਕਰਨ ਅਤੇ ਨਾਲ ਦੀ ਨਾਲ ਸੋਚਿਆ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਦਿੱਤੀ ਜਾਊਗੀ ਅਤੇ ਜਲੰਧਰ ਸ਼ਹਿਰ ਦਿਖਾਇਆ ਜਾਊਗਾ। ਇਹ ਹੈ ਜਲੰਧਰ ਦੀ ਕਬਾੜ ਮਾਰਕੀਟ, ਜਿੱਥੋਂ ਤੁਸੀਂ ਕੋਈ ਵੀ ਚੀਜ਼ ਜਿਹੜੀ ਸਸਤੀ ਜਾਂ ਪੁਰਾਣੀ ਜਿਹੜੀ ਚੀਜ਼ ਲੈ ਕੇ ਆਪਣੀ ਗੱਡੀ ਸਕੂਟਰ ਮੋਟਰਸਾਈਕਲ ਨੂੰ ਪਾਉਣੀ ਹੋਵੇ ਤਾਂ ਇਹ ਜਲੰਧਰ ਦੀ ਸਾਰੀ ਕਬਾੜ ਮਾਰਕੀਟ ਹੈ, ਮਸ਼ਹੂਰ ਤੋਂ ਮਸ਼ਹੂਰ ਕਬਾੜੀ ਹੈ, ਇੱਥੇ ਇਹੀ ਕੰਮ ਕਰਦੇ ਆ। ਇਹ ਤਹਿਸੀਲ ਦੇ ਬਿਲਕੁਲ ਬੈਕ ਸਾਈਡ ਦੇ ਉੱਤੇ ਆ, ਜਲੰਧਰ ਤਹਿਸੀਲ ਦੇ ਕੋਲ ਆ ਬਿਲਕੁਲ। ਜਲੰਧਰ ਸ਼ਹਿਰ ਦੀ ਤਹਿਸੀਲ ਜਿੱਥੇ ਕਿ ਕਚਹਿਰੀਆਂ ਦੇ ਸਾਰੇ ਕੰਮ ਕਾਰ ਹੁੰਦੇ ਆ, ਜਲੰਧਰ ਸ਼ਹਿਰ ਦੀ ਸਭ ਤੋਂ ਵੱਡੀ ਤਹਿਸੀਲ ਆ ਜੀ ਇਹ, ਜਿਹਦੇ ਵਿੱਚ ਹੀ ਡਿਪਟੀ ਕਮਿਸ਼ਨਰ ਜਲੰਧਰ ਦਾ ਆਫਿਸ ਵੀ ਇੱਥੇ ਹੀ ਆ ਅਤੇ ਇੱਕ ਹੋਰ ਇੱਥੇ ਗੱਡੀਆਂ ਦੀ ਐਕਸੈਸਰੀ ਦਾ ਸਮਾਨ ਕੋਈ ਵੀ ਜੇ ਤੁਸੀਂ ਲੈਣਾ ਹੋਵੇ, ਇਹ ਤਹਿਸੀਲ ਰੋਡ ਆ, ਤਹਿਸੀਲ ਰੋਡ ਦੇ ਉੱਤੇ ਗੱਡੀਆਂ ਦੀ ਕਿਸੇ ਵੀ ਤਰ੍ਹਾਂ ਦੀ ਐਕਸੈਸਰੀ ਦਾ ਸਮਾਨ ਇੱਥੋਂ ਲੈ ਸਕਦੇ ਹਾਂ। ਹਰ ਇੱਕ ਤਰ੍ਹਾਂ ਦੀ ਗੱਡੀਆਂ ਦੀ ਐਕਸੈਸਰੀ ਦਾ ਸਮਾਨ ਇੱਥੇ ਅਵੇਲੇ ਆ ਇਸ ਤਹਿਸੀਲ ਰੋਡ ਦੇ ਉੱਤੇ। ਇਹ ਸਾਰੀਆਂ ਗੱਡੀਆਂ ਦੀਆਂ ਐਕਸੈਸਰੀ ਦੀਆਂ ਦੁਕਾਨਾਂ ਆ, ਹਰ ਇੱਕ ਤਰ੍ਹਾਂ ਦਾ ਸਮਾਨ ਗੱਡੀ ਦੀ ਐਕਸੈਸਰੀ ਦਾ ਹਰ ਇੱਕ ਤਰ੍ਹਾਂ ਦਾ ਇੱਥੋਂ ਮਿਲਦਾ। ਜਲੰਧਰ ਦਾ ਬਹੁਤ ਹੀ ਮਸ਼ਹੂਰ ਲਾਇਲਪੁਰ ਖਾਲਸਾ ਕਾਲਜ ਫੋਰ ਵੂਮਨ ਉਸ ਸਾਈਡ 'ਤੇ ਆ, ਪੁਲ ਦੀ ਬੈਕ ਦੂਸਰੀ ਸਾਈਡ 'ਤੇ ਆ ਅਤੇ ਇਸ ਸਾਈਡ 'ਤੇ ਵੀ ਲਾਇਲਪੁਰ ਖਾਲਸਾ ਕਾਲਜ ਆ, ਬਹੁਤ ਹੀ ਫੇਮਸ ਜਲੰਧਰ ਦਾ ਕਾਲਜ ਹੈ ਇਹ। ਜਲੰਧਰ ਦਾ BSF ਚੌਂਕ, ਅਸੀਂ ਨਿਕਲ ਰਹੇ ਹਾਂ ਜਲੰਧਰ ਤੋਂ ਬਾਹਰ, ਜਲੰਧਰ ਸ਼ਹਿਰ ਤੋਂ, ਅਤੇ ਤੁਹਾਨੂੰ ਦਿਖਾ ਲਾਂਗੇ PAP ਚੌਂਕ। ਜਦੋਂ ਇੱਥੇ PAP ਚੌਂਕ ਨਹੀਂ ਬਣਿਆ, ਜਾਣੀ ਪੁਲ ਨਹੀਂ ਬਣਿਆ ਸੀਗਾ, ਤਕਰੀਬਨ ਟ੍ਰੈਫਿਕ 19 ਕੁ ਉਦੋਂ ਸੀ ਅਤੇ ਪੁਲ ਬਣਨ ਤੋਂ ਬਾਅਦ ਵੀ ਉਹੀ ਟ੍ਰੈਫਿਕ ਦਾ ਹਾਲ ਆ ਇੱਥੇ, ਉਹ ਇਸ ਕਰਕੇ ਕਿਉਂਕਿ ਜਿਹੜੀ ਅੰਮ੍ਰਿਤਸਰ ਨੂੰ ਟ੍ਰੈਫਿਕ ਜਾਣੀ ਆ ਉਹ ਸਾਰੀ ਟ੍ਰੈਫਿਕ ਰਾਮਾ ਮੰਡੀ ਚੌਂਕ ਦੇ ਥੱਲੇ ਦੀ ਹੋ ਕੇ ਯੂ ਟਰਨ ਲੈ ਕੇ ਫਿਰ ਪੁਲ ਦੇ ਉੱਤੇ ਚੜ੍ਹਦੀ ਆ ਅਤੇ ਇਸ ਕਰਕੇ ਇੱਥੇ ਜਿਹੜੀ ਟ੍ਰੈਫਿਕ ਆ ਇੱਦਾਂ ਹੀ ਰਹਿੰਦੀ ਆ। ਵੈਸੇ ਚੌਂਕ ਬਹੁਤ ਖੂਬਸੂਰਤ ਬਣਾਇਆ ਗਿਆ ਗੌਰਮੈਂਟ ਵੱਲੋਂ ਅਤੇ ਅਪਰੋਕਸੀਮੇਟਲੀ 1 ਕਰੋੜ ਰੁਪਇਆ ਜਿਹੜਾ ਇਸ ਚੌਂਕ ਦੇ ਚੌਂਕ ਦੀ ਡੈਕੋਰੇਸ਼ਨ ਲਈ, ਜਿਹੜੇ ਬੂਟੇ ਲਗਾਏ ਆ, ਪਾਰਕ ਬਣਾਈ ਆ ਇੱਧਰ ਸਾਈਡ 'ਤੇ, ਇਨਵੈਸਟ ਕੀਤਾ ਹੋਇਆ ਆ। ਪੁਲ ਦੇ ਥੱਲੇ ਬਹੁਤ ਵਧੀਆ ਫੋਟੋਆਂ ਬਣਾਈਆਂ ਹੋਈਆਂ, ਡੈਕੋਰੇਸ਼ਨ ਕੀਤਾ ਹੋਇਆ ਆ ਅਤੇ ਕਾਫੀ ਵਧੀਆ ਵਧੀਆ ਦ੍ਰਿਸ਼ ਪੁਲ 'ਤੇ ਬਣਾਏ ਹੋਏ ਆ।
ਅੱਜ ਦਾ ਜਿਹੜਾ ਸਾਡਾ ਟੂਰ ਸੀਗਾ ਸਿਰਫ ਜਲੰਧਰ ਸ਼ਹਿਰ ਤੱਕ ਦਾ ਸੀ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਆਸ ਕਰਦੇ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੂਗੀ, ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ।